उदा पंजाब सरकार वालों कहा गया है कि पंजाब दे विच कोई भी बेअदबी का मामला ना हो, ना ही कोई अनसुखामी घटना हो, चीज़ देखते हुए पंजाब पुलिस को अलर्ट जारी किया गया है। पर तुसी देख सकते हो कि इत्थे खाली कुर्सियां पईयां ने, ना ही कोई पुलिस मुलाजम है ते ना ही इत्थे कोई किसी तरह की चैकिंग हो रही है। मेन जलंधर की एंट्रेंस है खुले हुए ने, ना ही इत्थे कोई पुलिस वाला मौजूद है। कोई भी अनसुखामी घटना वापर सकती है क्यों जलंधर के रेलवे स्टेशन के उत्ते 12 मिनट हो चुके हैं, उस चीज़ को देखते हुए कोई भी पुलिस वाला इत्थे तैनात नहीं है। सो ये है जलंधर की पुलिस प्रशासन वालों सुरक्षा के इंतजाम किए गए हैं। पूरा फैमिली थे, सारी फैमिली के मार के सुला दिया, कृपाल लेके आया इसका। हम लोगों के हाथ में कुछ नहीं सीखा पाया। हाँ जी भाई, वह पूरा इतना भाई उंगल वड्या गया, वो कृपान ना फरदा ते लेडीज दा मम्मी दा सिर वड्या जाना सी। अज ਤਾਂ ਦੂਜਾ ਭਰਾ ਜਦੋਂ ਲੜਨ ਲਈ ਆਇਆ ਅਤੇ ਦੂਜਾ ਭਰਾ ਲੜਨ ਲਈ ਆਇਆ ਤਾਂ ਪਹਿਲਾਂ ਮੰਮੀ ਨੇ ਉਹਨਾਂ ਨੇ ਦਾਤ ਮਾਰਿਆ ਅਤੇ ਦਾਤ ਮਾਰਿਆ, ਮੈਂ ਮੰਮੀ ਨੂੰ ਪਹਿਲੇ ਇੱਧਰ ਨੂੰ ਖਿੱਚ ਲਿਆ ਅਤੇ ਦੂਜੀ ਤਾਂ ਜਦੋਂ ਭਾਬੀ ਨੇ ਸਿਰ 'ਚ ਮਾਰਨ ਲੱਗਾ ਤਾਂ ਮੈਂ ਜਦੋਂ ਸਿਰ ਇੱਧਰ ਨੂੰ ਕੀਤਾ ਤਾਂ ਮੇਰਾ ਹੱਥ ਵਿੱਚ ਤਾਂ ਚੱਲ ਗਿਆ ਅਤੇ ਮੇਰਾ ਅੰਗੂਠਾ ਵੱਢਿਆ ਗਿਆ। ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਰਵੀ ਗਿੱਲ। ਜਿਵੇਂ ਕਿ ਸਭ ਨੂੰ ਪਤਾ ਹੈ 2022 ਦੀਆਂ ਚੋਣਾਂ ਪੰਜਾਬ ਦੇ ਵਿੱਚ ਆਉਣ ਵਾਲੀਆਂ ਨੇ ਅਤੇ ਉਹ ਚੀਜ਼ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਅਤੇ ਦੂਸਰੀ ਜਗ੍ਹਾ ਦੇ ਉੱਤੇ ਪੰਜਾਬ ਦੇਸ਼ ਭਰ ਦੇ ਵਿੱਚ ਨਵੇਂ ਸਾਲ ਦੀਆਂ ਤਿਆਰੀਆਂ ਨੂੰ ਲੈ ਕੇ ਵੱਖ ਵੱਖ ਜਗ੍ਹਾ ਦੇ ਉੱਤੇ ਜੋ ਜਸ਼ਨ ਹੈ ਮਨਾਉਣ ਨੂੰ ਲੋਕ ਤਿਆਰ ਨੇ, ਕਿਉਂਕਿ ਨਵੇਂ ਸਾਲ ਨੂੰ ਲੈ ਕੇ ਵੱਖ ਵੱਖ ਜਗ੍ਹਾ ਦੇ ਉੱਤੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਜਸ਼ਨ ਮਨਾਏ ਜਾਂਦੇ ਨੇ ਅਤੇ ਇਸ ਟਾਈਮ ਅਸੀਂ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਨੂੰ ਲੈ ਕੇ ਜੋ ਸੁਰੱਖਿਆ ਆ ਉਹ ਚੀਜ਼ ਨੂੰ ਦੇਖਣ ਦੇ ਲਈ ਜਲੰਧਰ ਦੇ ਵਿੱਚ ਬਾਹਰ ਨਿਕਲੇ ਹਾਂ ਅਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਅਸੀਂ ਜਲੰਧਰ ਦੀ ਮੇਨ ਐਂਟਰੈਂਸ ਦੇ ਉੱਤੇ ਖੜ੍ਹੇ ਹਾਂ BSF ਚੌਂਕ ਦੇ ਵਿੱਚ, ਕਿ ਦੇਖਦੇ ਹਾਂ ਕਿ ਪੁਲਿਸ ਵੱਲੋਂ ਕੀ ਇੰਤਜ਼ਾਮ ਕੀਤੇ ਗਏ ਨੇ ਅਤੇ ਤੁਹਾਨੂੰ ਦੱਸਦੀ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਲੰਧਰ ਦੀ ਮੇਨ ਐਂਟਰੈਂਸ ਦੇ ਉੱਤੇ ਹੀ ਨਾ ਹੀ ਕੋਈ ਪੁਲਿਸ ਦਾ ਕੋਈ ਨਾਕਾ ਲੱਗਾ ਹੈ ਅਤੇ ਨਾ ਹੀ ਕੋਈ ਸੁਰੱਖਿਆ ਨੂੰ ਲੈ ਕੇ ਇੰਤਜ਼ਾਮ ਨੇ। ਲੁਧਿਆਣੇ ਦੇ ਵਿੱਚ ਜੋ ਬੰਬ ਧਮਾਕਾ ਹੋਇਆ ਉਹ ਚੀਜ਼ ਨੂੰ ਲੈ ਕੇ ਲੁਧਿਆਣੇ ਦੇ ਵਿੱਚ ਤਾਂ ਸਖਤੀ ਕਰ ਦਿੱਤੀ ਗਈ ਹੈ, ਪਰ ਜਲੰਧਰ ਦੀ ਪੁਲਿਸ ਬਹੁਤ ਹੀ ਜ਼ਿਆਦਾ ਸੁਸਤ ਨਜ਼ਰ ਆ ਰਹੀ ਹੈ, ਕਿਉਂਕਿ ਮੇਨ ਐਂਟਰੈਂਸ ਦੇ ਉੱਤੇ ਇੱਥੇ ਹੀ ਨਾਕਾ ਲੱਗਾ ਹੁੰਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਪਰਲੀ ਸਾਈਡ ਬੈਰੀਗੇਟ 'ਤੇ ਰੱਖੇ ਹੋਏ ਨੇ, ਪਰ ਪੁਲਿਸ ਮੁਲਾਜ਼ਮ ਕੋਈ ਵੀ ਨਹੀਂ ਇੱਥੇ ਤੈਨਾਤ। ਬਿਲਕੁਲ ਹੀ ਨਜ਼ਦੀਕ ਜੋ ਕਿ ਹੈ ਪੁਲਿਸ ਸਟੇਸ਼ਨ ਹੈ, ਪਰ ਪੁਲਿਸ ਮੁਲਾਜ਼ਮ ਇੱਥੇ ਕੋਈ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬੈਰੀਗੇਟ ਤਾਂ ਪੁਲਿਸ ਲਗਾਏ ਗਏ ਨੇ, ਉਹਨਾਂ ਦੀਆਂ ਕੁਰਸੀਆਂ ਵੀ ਇੱਥੇ ਤੈਨਾਤ ਨੇ, ਪਰ ਪੁਲਿਸ ਮੁਲਾਜ਼ਮ ਕੋਈ ਨਹੀਂ ਹੈ ਇੱਥੇ। ਉੱਦਾਂ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਬੇਅਦਬੀ ਦਾ ਮਾਮਲਾ ਨਾ ਹੋਵੇ, ਨਾ ਹੀ ਕੋਈ ਅਨਸੁਖਾਮੀ ਘਟਨਾ ਹੋਵੇ, ਉਹ ਚੀਜ਼ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਪਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਖਾਲੀ ਕੁਰਸੀਆਂ ਪਈਆਂ ਨੇ, ਨਾ ਹੀ ਕੋਈ ਪੁਲਿਸ ਮੁਲਾਜ਼ਮ ਹੈ ਅਤੇ ਨਾ ਹੀ ਇੱਥੇ ਕੋਈ ਕਿਸੇ ਤਰ੍ਹਾਂ ਦੀ ਚੈਕਿੰਗ ਹੋ ਰਹੀ ਹੈ। ਮੇਨ ਜਲੰਧਰ ਦੀ ਐਂਟਰੈਂਸ ਹੈ, ਲੁਧਿਆਣੇ ਦੇ ਵਿੱਚ ਐਡਾ ਵੱਡਾ ਬੰਬ ਧਮਾਕਾ ਹੋਇਆ ਹੈ ਕੋਰਟ ਪਰਿਸਰ ਦੇ ਵਿੱਚ, ਪਰ ਉਹ ਚੀਜ਼ ਨੂੰ ਦੇਖਦੇ ਹੋਏ ਜਲੰਧਰ ਦੀ ਪੁਲਿਸ ਸੁਸਤ ਬੈਠੀ ਹੈ। ਅਸੀਂ ਤੁਹਾਨੂੰ ਜਲੰਧਰ ਦੇ ਹੋਰ ਵੀ ਏਰੀਆ ਦੇ ਵਿੱਚ ਲੈ ਕੇ ਜਾਵਾਂਗੇ ਬੇਅਦਬੀ ਦੇ ਮਾਮਲੇ ਨੂੰ ਦੇਖਦੇ ਹੋਏ, ਤੁਹਾਨੂੰ ਮੰਦਿਰਾਂ ਅਤੇ ਗੁਰਦੁਆਰਿਆਂ ਦੇ ਵੀ ਝਾਕ ਪਵਾਵਾਂਗੇ ਕਿ ਪੁਲਿਸ ਵੱਲੋਂ ਉੱਥੇ ਕੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਅਤੇ ਮੰਦਿਰ ਅਤੇ ਗੁਰਦੁਆਰੇ ਦੇ ਪ੍ਰਬੰਧਕ ਕਮੇਟੀਆਂ ਵੱਲੋਂ ਉੱਥੇ ਕੀ ਇੰਤਜ਼ਾਮ ਕੀਤੇ ਗਏ ਨੇ। ਸੋ ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ ਜਲੰਧਰ ਸਿਟੀ ਦੇ ਰੇਲਵੇ ਸਟੇਸ਼ਨ ਦੇ ਉੱਤੇ। ਤੁਸੀਂ ਦੇਖ ਸਕਦੇ ਹੋ ਕਿ ਸਮਾਂ 12:11 ਦਾ ਹੋ ਚੁੱਕਾ ਹੈ ਅਤੇ ਅਸੀਂ ਅੰਦਰ ਜਾ ਕੇ ਵੀ ਦੇਖਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਇੰਤਜ਼ਾਮ ਕੀਤੇ ਗਏ ਨੇ। ਸਮਾਂ ਤੁਸੀਂ ਦੇਖ ਸਕਦੇ ਹੋ ਕਿ 12:11 ਦਾ ਹੋ ਚੁੱਕਾ ਹੈ ਅਤੇ ਅਸੀਂ ਅੰਦਰ ਜਾ ਕੇ ਵੀ ਦੇਖਦੇ ਹਾਂ ਕਿ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਕੀ ਇੰਤਜ਼ਾਮ ਕੀਤੇ ਗਏ ਨੇ, ਕਿਉਂਕਿ ਚੋਣਾਂ ਨਜ਼ਦੀਕ ਨੇ। ਇਸ ਟਾਈਮ ਦੇ ਉੱਤੇ ਸਭ ਤੋਂ ਜ਼ਿਆਦਾ ਘਟਨਾਵਾਂ ਹੁੰਦੀਆਂ ਨੇ ਅਤੇ ਦੇਖਦੇ ਹਾਂ ਕਿ ਅੰਦਰ ਜਾ ਕੇ ਕੀ ਇੰਤਜ਼ਾਮ ਕੀਤੇ ਗਏ ਨੇ ਕਿ ਰੇਲਵੇ ਸੁਰੱਖਿਆ ਪੁਲਿਸ ਵੱਲੋਂ, ਕਿਉਂਕਿ ਟ੍ਰੇਨਾਂ 'ਤੇ ਚਲੋ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਕੀ ਹੈ ਕੈਂਸਲ ਹੀ ਕਰ ਦਿੱਤੀਆਂ ਗਈਆਂ ਨੇ ਅਤੇ ਟ੍ਰੇਨ ਤਾਂ ਕੋਈ ਨਹੀਂ ਆਏਗੀ, ਪਰ ਸੁਰੱਖਿਆ ਨੂੰ ਲੈ ਕੇ ਕੀ ਇੰਤਜ਼ਾਮ ਕੀਤੇ ਗਏ ਨੇ।
देख सकते हो कि स्टेशन के उत्ते कोई भी GRPF का पुलिस मुलाजम तैनात नहीं है। सारा स्टेशन खाली है क्योंकि ट्रेना तो कोई नहीं है, पर सुरक्षा नू लैके जिवें पंजाब पुलिस वल्लों लुधियाने दे विच बॉम्ब ब्लास्ट होया सीगा उह चीज़ नूं देखदे होए काफ़ी स्टेशनां दे उत्ते बस स्टैंड दे उत्ते चैकिंग की गई सी। पर जिवें ही एक दिन बीतदा है तो पुलिस प्रशासन सुस्त हो जाता है। जलंधर के रेलवे स्टेशन के उत्ते 12:12 हो चुके ने उस चीज़ को देखते हुए कोई भी पुलिस वाला इत्थे तैनात नहीं है। सो ये है जलंधर की पुलिस प्रशासन वालों सुरक्षा के इंतजाम किए गए हैं। सो बाहर भी जाके देखते हैं कि पुलिस प्रशासन कोई पुलिस मुलाजम कोई मौजूद है कि नहीं, क्योंकि मेन जलंधर सिटी का रेलवे स्टेशन है तो बाजार विच पूरियां रौनकां लगियां होईयां ने। बाहर जाके देखते हैं कि उत्थे भी कोई पुलिस मुलाजम तैनात है कि नहीं, क्योंकि जलंधर के सारे बाजार इस समय बंद हो जाते हैं तो सिर्फ रेलवे स्टेशन का बाजार ही खुला हुंदा है। तो इत्थे देखते हैं कि की माहौल है, तुसी देख सकते हो कि गड्डियां काफ़ी खड़ियां हुई ने ते बाजार भी जिवें जलंधर का रैनक बाजार खुला होया है इदा बाजार खुला होया है, तो काफ़ी लोग इत्थे ने। सो सुरक्षा नूं लैके इत्थे भी डिवीजन नंबर 3 वल्लों प्रोपर नाका लगाया जाता है, ना ही इत्थे कोई गड्डी है पुलिस मुलाजमां दी ते ना ही कोई पुलिस मुलाजम इत्थे तैनात है। सो तुसी तस्वीरां देख सकते हो कि जलंधर दे विच पुलिस प्रशासन वल्लों की पुख्ता प्रबंध किए गए ने कि इत्थे कोई भी अनसुखामी घटना वापर सकती है। बाजार तुसी देख सकते हो कि समय इदा लगता है कि जिमें 5-6 ही बजे होंगे ने। सो बाजार खुले हुए ने, ना ही इत्थे कोई पुलिस वाला मौजूद है। कोई भी अनसुखामी घटना वापर सकती है क्योंकि न्यू ईयर नू लैके क्रिसमस नू लैके कोई भी पुख्ता प्रबंध इत्थे नहीं किए गए। सो तस्वीरां दे विच तुसी देख सकते हो कि किवें रश है जलंधर के रेलवे स्टेशन के उत्ते, पुख्ता प्रबंध तुसी देख सकते हो कि पंजाब पुलिस वल्लों की किए गए ने। सो तुहानूं असी जलंधर दियां होर भी जगह के उत्ते लैके जावांगे कि पुलिस प्रशासन वल्लों नवें साल नूं लैके की इंतजाम किए गए ने। सो देखते हैं असी होर भी जगह के उत्ते जाके, क्योंकि बेअदबी के मामले जलंधर के विच सब तो ज़्यादा पंजाब दे विच सब तो ज़्यादा देखने को मिल रहे हैं, तो वख-वख जगह के उत्ते समय समय सिर बेअदबियां हो रही ने। उस चीज़ को लैके पुलिस प्रशासन भी परेशान है कि अजिहा कोई घटना ना हो जिस दे नाल पंजाब का माहौल कोई खराब हो। पुलिस प्रशासन भी उस चीज़ को लैके सदमे दे विच है, तो सारिया पोलीटिकल पार्टियां भी उस चीज़ को लैके परेशान ने कि क्योंकि पंजाब का माहौल कोई खराब ना हो, क्योंकि जो भी पंजाब दे विच चोणां आउंदियां ने तो उस समय पंजाब दे विच बेअदबी का मामला सामने आता है, तो वख-वख जगह के उत्ते वख-वख तरीकों दे नाल धरने प्रदर्शन होंदे ने। तो तुहानूं असी होर भी जगह के उत्ते लैके जाने। सो असी इस टाइम जलंधर के वडाला चौंक के पहुँच चुके हैं, तो इत्थे भी पुलिस वल्लों नाका लगाया गया। ये तो चाहे सानू देख के चुस्त हो चुके ने, पहले सुस्त ही सीगे, असी भी इदा ही नंगे सीगे, तो इन्हां वल्लों सानू भी नहीं रोकया गया। तो सो इत्थे दे भी पुलिस मुलाजमां दे नाल गलबात करदे आ, तो उन्हां वल्लों हुण सानू देख के जो कि है गड्डियां नू रोकया जा रहा है, तो उन्हां दी चैकिंग भी नहीं की जा रही, उदा ही भेजा जा रहा है। तो सो इन्हां नाल गलबात करदे आ कि इन्हां दा की कहना है। सो इन्हां दे जो सीनियर मुलाजम आ उन्हां नाल गलबात करदे आ कि वह की कहिंदे ने। ते जलंधर दी जदों नकोदर तो इधर नूं आउंदे ने जलंधर वाल नूं तो मेन एंट्री पॉइंट यही है। सो इन्हां नाल गलबात करदे आ, की नाम है जी तुहाडा? एस एच जगिंदर पाल सर। जगिंदर जी, जदों असीं इत्थों गड्डी लै के निकले तुहाडे वल्लों रोकिया नहीं गया? सर तुहानूं असीं जाणदे पछाणदे आ, तां करके तुहानूं तां नहीं रोकिया, सानूं पता भी तुसीं साडे मीडिया वाले आ। पर गड्डी दे विच ते मैं दिखिया नहीं तुहानू, इस टाइम जो कि 12 बजे तो वध दा समा हो चुका है। सर अहीं चैकिंग कर रहे हैं बार बार, सानू जिहड़ा बंदा सर वाकब है लोकल बंदा सानू पता है जी, अहीं तुहानू जाणदे पछाणदे तां करके तुहानू रोकिया सर। सो
ਕਿੰਨੀਆਂ ਕੁ ਗੱਡੀਆਂ ਹੁਣ ਤੱਕ ਤੁਸੀਂ ਰੋਕ ਕੇ ਚੈੱਕ ਕਰ ਚੁੱਕੇ ਹੋ? ਗੱਡੀਆਂ ਅਸੀਂ ਸਾਡਾ ਕੰਟਰੋਲ ਇਲਾਕਾ ਚੱਲਦਾ ਜੀ, ਕੱਲ੍ਹ ਦਾ ਪਰਸੋਂ ਦਾ ਰੋਜ਼ ਸਾਰੀ ਦਰਜਗਲ ਗੱਡੀਆਂ ਚੈੱਕ ਕਰਦੇ ਹਾਂ ਜੀ। ਸਰਕਾਰ ਵੱਲੋਂ ਕੀ ਹਦਾਇਤਾਂ ਆਈਆਂ ਨੇ ਜਦੋਂ ਲੁਧਿਆਣੇ ਦੇ ਵਿੱਚ ਬੋਮ ਬਲਾਸਟ ਹੋਇਆ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ? ਸਰਕਾਰ ਵੱਲੋਂ ਇਹ ਹੁਕਮ ਹੋਇਆ ਵੀ ਗੱਡੀਆਂ ਚੈੱਕ ਕਰਕੇ ਕੋਈ ਕਿਸੇ ਹਥਿਆਰ ਵਗੈਰਾ ਨਾ ਹੋਵੇ, ਕੋਈ ਨਸ਼ੇ ਵਾਲੀ ਸਮੱਗਰੀ ਨਾ ਹੋਵੇ, ਚੱਕੇ ਬੰਦੇ ਸਾਰੇ ਚੈੱਕ ਕਰੋ, ਗੱਡੀਆਂ ਰੋਕ ਕੇ ਚੈੱਕ ਕਰੋ, ਵਹੀਕਲ ਚੈੱਕ ਕਰੋ ਜੀ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਥਾਣਾ ਭਾਰਗੋ ਕੈਂਪ ਵੱਲੋਂ ਵੀ ਇੱਥੇ ਨਾਕਾ ਲਗਾਇਆ ਗਿਆ ਹੈ, ਪਰ ਉਹਨਾਂ ਵੱਲੋਂ ਇੱਕ ਬਹਾਨਾ ਲਾ ਦਿੱਤਾ ਗਿਆ ਕਿ ਅਸੀਂ ਤੁਹਾਨੂੰ ਪਛਾਣਦੇ ਹਾਂ, ਪਰ ਜਦੋਂ ਅਸੀਂ ਇੱਥੇ ਆਏ ਇਸ ਨਾਕੇ ਤੋਂ ਲੰਘਣ ਲੱਗੇ ਇਹਨਾਂ ਵੱਲੋਂ ਸਾਨੂੰ ਇਹ ਸਾਈਡ 'ਤੇ ਖੜ੍ਹੇ ਸੀਗੇ, ਇਹਨਾਂ ਵੱਲੋਂ ਸਾਨੂੰ ਇਗਨੋਰ ਕਰ ਦਿੱਤਾ ਗਿਆ। ਪਰ ਚਲੋ ਅਸੀਂ ਉਹਨਾਂ ਕੋਲ ਪੁੱਛਿਆ, ਉਹਨਾਂ ਦਾ ਕਹਿਣਾ ਕਿ ਅਸੀਂ ਤੁਹਾਨੂੰ ਜਾਣਦੇ ਸੀਗੇ, ਪਛਾਣਦੇ ਸੀਗੇ, ਇਸ ਕਰਕੇ ਤੁਹਾਨੂੰ ਰੋਕਿਆ ਗਿਆ। ਪਰ ਉਹਦੇ ਬਾਅਦ ਹੀ ਪੁਲਿਸ ਚੁਸਤ ਹੋ ਚੁੱਕੀ ਹੈ, ਤੁਸੀਂ ਦੇਖ ਸਕਦੇ ਹੋ ਕਿ ਗੱਡੀ ਆਈ ਹੈ ਅਤੇ ਉਹਨੂੰ ਦੇਖਿਆ ਜਾ ਰਿਹਾ ਅਤੇ ਦੇਖ ਕੇ ਗੱਡੀ ਨੂੰ ਭੇਜਿਆ ਜਾ ਰਿਹਾ। ਪਰ ਇੱਕ ਚੀਜ਼ ਹੈ ਕਿ ਜਦੋਂ ਤੋਂ ਲੁਧਿਆਣੇ ਦੇ ਵਿੱਚ ਬੋਮ ਬਲਾਸਟ ਹੋਇਆ ਅਤੇ ਬੇਅਦਬੀ ਦੇ ਮਾਮਲੇ ਆਏ ਨੇ ਅਤੇ ਸਾਹਮਣੇ, ਉਹਦੇ ਬਾਅਦ ਪੰਜਾਬ ਪੁਲਿਸ ਚੁਸਤ ਵੀ ਹੈ ਅਤੇ ਸੁਸਤ ਵੀ ਹੈ, ਜੋ ਕਿ ਸਿਰਫ ਦੋ ਥਾਣਿਆਂ ਦੀ ਪੁਲਿਸ ਚੁਸਤ ਹੈ, ਇੱਕ ਡਿਵੀਜ਼ਨ ਨੰਬਰ 6 ਦੀ ਅਤੇ ਇੱਕ ਭਾਰਗੋ ਕੈਂਪ ਦੀ। ਇਹ ਜਲੰਧਰ ਤੋਂ ਮੇਨ ਐਂਟਰੀ ਪੁਆਇੰਟ ਇਹ ਹੈ, ਨਕੋਦਰ ਵੱਲੋਂ ਜਦੋਂ ਵਾਪਸ ਆਓ ਜਲੰਧਰ ਨੂੰ ਅਤੇ ਮੇਨ ਐਂਟਰੀ ਪੁਆਇੰਟ ਵਡਾਲਾ ਚੌਂਕ ਹੁੰਦੀ ਹੈ, ਜਲੰਧਰ ਸ਼ਹਿਰ ਦੇ ਵਿੱਚ ਮੇਨ ਐਂਟਰੀ ਵਡਾਲਾ ਚੌਂਕ ਵੱਲ ਦੀ ਹੁੰਦੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਥਾਣਾ ਭਾਰਗੋ ਕੈਂਪ ਵੱਲੋਂ ਜੋ ਨਾਕਾ ਲਗਾਇਆ ਗਿਆ ਅਤੇ ਜੋ 5 ਪੁਲਿਸ ਮੁਲਾਜ਼ਮ ਨੇ ਇੱਥੇ ਤਾਇਨਾਤ ਨੇ, ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਜਲੰਧਰ ਦੇ ਵਿੱਚ ਜੋ ਵੀ ਗੱਡੀ ਐਂਟਰੀ ਹੁੰਦੀ ਹੈ ਉਹਦੇ ਵਿੱਚ ਚੈਕਿੰਗ ਕੀਤੀ ਜਾਵੇ ਤਾਂ ਕਿ ਕੋਈ ਅਜਿਹੀ ਵਸਤੂ ਲੈ ਕੇ ਜਲੰਧਰ ਦੇ ਵਿੱਚ ਨਾ ਐਂਟਰ ਕਰ ਸਕੇ, ਜਿਸ ਤਰ੍ਹਾਂ ਕਿ ਸ਼ਹਿਰ ਦੇ ਮਾਹੌਲ ਖਰਾਬ ਹੋਵੇ, ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ। ਸੋ ਇੱਕ ਐਂਟਰੀ ਪੁਆਇੰਟ ਹੋਰ ਰਹਿ ਚੁੱਕਾ, ਅਸੀਂ ਤੁਹਾਨੂੰ ਉਹ ਐਂਟਰੀ ਪੁਆਇੰਟ ਦਿਖਾਉਂਦੇ ਹਾਂ ਅਤੇ ਉੱਥੇ ਦੇ ਵੀ ਦੇਖਦੇ ਹਾਂ ਕਿ ਉੱਥੇ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਸੋ ਰਾਤ ਦੇ 12:26 ਹੋ ਚੁੱਕੇ ਨੇ ਅਤੇ ਇਸ ਟਾਈਮ ਅਸੀਂ ਖੜ੍ਹੇ ਹਾਂ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ। ਸਿਰਫ ਡਿਵੀਜ਼ਨ ਨੰਬਰ 6 ਦੇ ਮੁਲਾਜ਼ਮਾਂ ਵੱਲੋਂ ਹੀ ਇੱਥੇ ਨਾਕਾ ਲਗਾਇਆ ਗਿਆ ਅਤੇ ਉਹ ਪੂਰੀ ਮੁਸਤੈਦੀ ਦੇ ਨਾਲ ਜਲੰਧਰ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਨੇ ਅਤੇ ਆਏ ਗਏ ਦੇ ਉੱਤੋਂ ਤੁਸੀਂ ਦੇਖ ਸਕਦੇ ਹੋ ਕਿ ਪੁੱਛ ਪੜਤਾਲ ਕਰ ਰਹੇ ਨੇ। ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਜੀ ਹੈੱਡ ਕੌਂਸਟੇਬਲ ਸੁਰਜੀਤ ਸਿੰਘ ਹੈ ਜੀ, ਥਾਣਾ ਡਿਵੀਜ਼ਨ ਨੰਬਰ 6 'ਚ ਤਾਇਨਾਤ ਆ ਜੀ, ਅਤੇ ਨਾਕਾ ਇਹ ਮਾਲਟੋਨ ਸ਼ਿਵਾਨੀ ਪਾਰਕ ਦਾ ਜੀ। ਕਿਵੇਂ ਦੇਖਦੇ ਹੋ ਕਿ ਸਰਕਾਰ ਵੱਲੋਂ ਤੁਹਾਨੂੰ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ ਨਵੇਂ ਸਾਲ ਨੂੰ ਲੈ ਕੇ, ਕ੍ਰਿਸਮਿਸ ਨੂੰ ਲੈ ਕੇ? ਮਾਨਯੋਗ CP ਸਾਹਿਬ ਦੇ ਹੁਕਮਾਂ ਨਾਲ ਅਸੀਂ ਇਹ ਡਿਊਟੀ ਕਰ ਰਹੇ ਹਾਂ ਅਤੇ ਸਾਡੇ ਅਫਸਰ ਸਾਹਿਬਾਨ ਸਰਦਾਰ ਸੁਰਜੀਤ ਸਿੰਘ ਗਿੱਲ ਸਾਹਿਬ, SHO ਸਾਹਿਬ, ਉਹ ਵੀ ਸਾਨੂੰ ਵਾਰੀ ਵਾਰੀ ਚੈੱਕ ਕਰਦੇ ਆ ਅਤੇ ਦਿੰਦੇ ਦਿਆਤਾ ਵੀ ਕੋਈ ਵੀ ਸ਼ੱਕੀ ਜਿਹੜੇ ਵਿਅਕਤੀ ਨੇ ਕਾਰ 'ਚ ਸਵਾਰ ਨੇ ਜਾਂ ਜਿਨ੍ਹਾਂ ਕੋਲ ਕੋਈ ਵੀ ਇੱਦਾਂ ਹੀ ਵੈਪਨ ਵਗੈਰਾ ਬਰਾਮਦ ਹੁੰਦਾ ਅਤੇ ਉਹ ਸਾਨੂੰ ਇਤਲਾਹ ਦਿਓ। ਅਤੇ ਬਾਕੀ ਆਹ ਟੀਮ ਲੱਗੀ ਹੈ, ਚੈਕਿੰਗ ਕਰ ਰਹੇ ਹਾਂ ਜੀ, ਸਵੇਰ ਦੇ 6 ਤੱਕ ਨਾਕਾ ਸਾਡਾ ਜੀ। ਕਿਵੇਂ ਦੇਖਦੇ ਹੋ ਕਿ ਜਲੰਧਰ ਦੇ ਵਿੱਚ ਸਿਰਫ ਇੱਕ ਡਿਵੀਜ਼ਨ ਨੰਬਰ 6 ਹੈ ਕਿ ਜਿਹੜਾ ਸਹੀ ਕੰਮ ਕਰ ਰਿਹਾ, ਨਾ ਹੀ ਡਿਵੀਜ਼ਨ ਨੰਬਰ 3 ਵੱਲੋਂ ਕੋਈ ਨਾਕਾ ਲਗਾਇਆ ਗਿਆ ਹੈ, ਨਾ ਹੀ 12 ਥਾਣੇ ਵੱਲੋਂ ਲਗਾਇਆ ਗਿਆ? ਅਸੀਂ ਸਾਰੇ ਨਾਕੇ ਦੇਖ ਕੇ ਹਾਂ, ਸਿਰਫ ਮਾਡਲ ਟਾਊਨ ਦਾ ਏਰੀਆ ਹੀ ਚੁਸਤੀ ਦੇ ਵਿੱਚ ਹੈ, ਬਾਕੀ ਪੁਲਿਸ ਸੁਸਤ ਕਿਉਂ ਹੈ ਜੀ? ਇਹਦੇ ਬਾਰੇ ਤਾਂ ਮੈਂ ਕੁਛ ਨਹੀਂ ਕਹਿ ਸਕਦਾ, ਬਾਕੀ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ, ਤਾਂ ਦੇਹੀ ਨਾਲ ਕਰ ਰਹੇ ਹਾਂ, ਅਫਸਰਾਂ ਦੇ ਹੁਕਮ ਨਾਲ ਕਰ ਰਹੇ ਹਾਂ ਜੀ, ਜਿਸ ਤਰ੍ਹਾਂ ਅਫਸਰਾਂ ਨੇ ਹੁਕਮ ਦਿੱਤਾ ਅਸੀਂ ਡਿਊਟੀ ਕਰ ਰਹੇ ਹਾਂ ਜੀ। ਅਫਸਰਾਂ ਦੇ ਹੁਕਮ ਤਾਂ ਹਰੇਕ ਸਾਰੇ ਪੁਲਿਸ ਡਿਪਾਰਟਮੈਂਟ ਨੂੰ ਹੈ, ਸਿਰਫ ਤੁਹਾਨੂੰ ਇਕੱਲਿਆਂ ਨੂੰ ਨਹੀਂ ਹੈ ਜੀ। ਸਿਰਫ ਡਿਵੀਜ਼ਨ ਨੰਬਰ 6 ਦੇ ਹੀ ਮੁਲਾਜ਼ਮ ਕਿਉਂ ਖੜੇ ਨੇ ਸਰ? ਇਹਦੇ ਬਾਰੇ ਕੁਛ ਮੈਂ ਤਸਲੀ ਬੋਲ ਨਹੀਂ ਦੱਸਦਾ ਜੀ, ਬਾਕੀ ਆਪਾਂ ਡਿਊਟੀ ਕਰ ਰਹੇ ਹਾਂ ਜੀ, ਨਾਲ ਜੁਲੋ ਪਾਰਟੀ ਨਾਲ ਲੱਗੀ ਹੈ 12 ਅਤੇ ਬਸ। ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਡਿਵੀਜ਼ਨ ਨੰਬਰ 6 ਦੇ ਮੁਲਾਜ਼ਮ ਹੀ ਇੱਥੇ ਨਾਕਾ ਲਗਾ ਕੇ ਖੜ੍ਹੇ ਹੋਏ ਨੇ ਅਤੇ ਜੁਲੋ ਵੀ ਉਹਨਾਂ ਨਾਲ ਇੱਥੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਨੂੰ ਲੈ ਕੇ, ਕਿਉਂਕਿ ਲੁਧਿਆਣੇ ਦੇ ਵਿੱਚ ਜੋ ਬੰਬ ਬਲਾਸਟ ਹੋਇਆ, ਲੁਧਿਆਣੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਉਸ ਬੰਬ ਬਲਾਸਟ ਨੂੰ ਲੈ ਕੇ ਅਲਰਟ ਜਾਰੀ ਹੈ, ਕਿਉਂਕਿ ਨਿਊ ਈਅਰ ਵੀ ਸਾਹਮਣੇ ਹੈ ਅਤੇ ਅੱਜ ਕ੍ਰਿਸਮਿਸ ਦਾ ਵੀ ਦਿਨ ਚੜ੍ਹ ਚੁੱਕਿਆ ਹੈ ਅਤੇ ਉਸ ਚੀਜ਼ ਨੂੰ ਵੀ ਲੈ ਕੇ ਅਸੀਂ ਦੇਖਣ ਨਿਕਲੇ ਹਾਂ ਕਿ ਜਲੰਧਰ ਸ਼ਹਿਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਇੰਤਜ਼ਾਮ ਕੀਤੇ ਗਏ ਨੇ, ਨਾ ਹੀ ਡਿਵੀਜ਼ਨ ਨੰਬਰ 3 ਵੱਲੋਂ ਕੋਈ ਪੁਖਤਾ ਇੰਤਜ਼ਾਮ ਕੀਤੇ ਗਏ ਨੇ, ਜੋ ਕਿ ਰੇਲਵੇ ਸਟੇਸ਼ਨ ਦੇ ਉੱਤੇ ਬਾਜ਼ਾਰ ਖੁੱਲ੍ਹੇ ਨੇ ਅਤੇ ਉੱਥੇ ਕਿਉਂਕਿ ਹਰ ਵਾਰ ਰਾਤ ਦਾ ਸਮਾਂ ਹੈ ਕਿ ਸਾਰੇ ਦਾਰੂ ਦੂਰੂ ਪੀ ਕੇ ਨਿਕਲੇ ਹੁੰਦੇ ਨੇ ਅਤੇ ਉਹ ਉੱਥੇ ਸਟੇਸ਼ਨ ਦੇ ਬਾਹਰ ਹੁੱਲੜਬਾਜ਼ੀ ਵੀ ਕਰਦੇ ਨੇ। ਡਿਵੀਜ਼ਨ ਨੰਬਰ 3 ਦੇ ਵਿੱਚ ਕਈ ਅਜਿਹੀਆਂ ਘਟਨਾਵਾਂ ਵੀ ਹੁੰਦੀਆਂ ਨੇ ਅਤੇ
रात के समय जो कि चोरिया भी बहुत ज्यादा होंगे ने, ना ही 12 तरी थाने के एरिए कोई अजिहे इंतजाम किए गए हैं, तो ना ही डिवीजन नंबर 3 के एरिए इंतजाम किए गए हैं। सिर्फ डिवीजन नंबर 6 के एरिए ही जो कि पुलिस चौकस है, तो नाकों के उत्ते रोक रोक गड्डियां जो कि पुछ पड़ताल की जा रही है कितों आए हैं तो कितने जा रहे हैं, तो असी होर भी एरिए ले जा के उत्थे दे भी हालात दिखाते हैं। सो असी अज जलंधर दी पुलिस प्रशासन की कारगुजारी देखने दे लई निकले सीगे कि पुख्ता इंतजाम किए गए हैं, तो सानू रस्ते दे विच ही कॉल आ जाती है कि जलंधर के अशोक विहार दे विच एक परिवार के उत्ते हमला कर दिता जाता है। परिवार के विच माता दे उत्ते ते भरजाई दे उत्ते ते भरा दे उत्ते हमला कर दिता जाता है, सारा परिवार जख्मी हो जाता है। तो परिवारिक मैंबरां नाल गलबात करदे, की नाम है तुहाडा? सर मेरा नाम कुलविंदर कुमार है सर। किथे करके झगड़ा होया तुहाडा? अशोक विहार वेरका मिल्क प्लांट के पास। की कारण की सी झगड़े दा? कारण भाई कुछ नहीं सीगा, उन्होंने शराब पीता होया सीगा ते का छोटा भरा काम तो आया ते नाल ही उन्होंने वारदात दात कढ के हत्थों पाई करन लग पे, लेडीज ते ज्यादा ते बंदे ते घट। कौन कौन जख्मी होया परिवार दे विचों? मम्मी होया, बड़ी भाभी है, छोटा भरा आया ते मैं आ, चार जने हैं भाई। चारों जने ते किन्ना ने हमला कीता? उन्हां दा नाम, एक दा बड़े भरा दा नाम हैगा राजू ते छोटे दा नाम हैगा साबी ते रविदास जी ने। की कारण की ही झगड़े दा? कारण कुछ नहीं भाजी, वो इदा है कि वह कहें साडे बूआ मोहरे बजरी खराया है सीगा, असीं उन्हां नूं कहा चक्कण वास्ते, उन्होंने चक्या नहीं, उदा भी मतलब उन्होंने ज्यादा भाई भईए करके ज्यादा लड़ाई है। वो कहें कि भईए इतने रहता नहीं, रहना नहीं चाहिए। मोहल्ले वासियों ने पहले तुहाडा पहले भी कोई झगड़ा सीगा? नहीं सर, पहला तो नहीं, पहला एक बार होया सीगा उहदी मम्मी जदों जिंदा सीगा, उस तो बाद नहीं कोई होया। तो हुण मोहल्ले वाले सारे कहिंदे कि असीं तुहाडे नाल आ, तुसीं जो करोगे साडे नाल असीं खड़ांगे। दात ना भाई, दात कढ़िया सीगा इन्हां ने, गेट खोलिया नाल ही दात कढ़ के उन्हां शुरू कीता। सट्टां भाजी सिर ते लगियां, बाहां ते लगियां होईयां, ते दोनों एक भरा दा उंगल वड्या गया। माता जी से भाई सिर ते लगा है, बाहां ते लगियां होईयां, एक इत्थे लगा है हत्थ च। भाजी कृपान नाल हमला किया, मैं दोनों काम ते आया सीगा, रोटी भी निकाले गर्म करने के लिए, रखाने के लिए रोटी निकाले, तेकरा बाद कृपान लेके आया, दरवाजे में लात मारता सीखा। लात मारने के बाद हम लोग गेट खोले, नाले कृपान लेके आया, दोनों के ऊपर हमला किया। पाजी लोग कोठे थे, कोठे से आए तब तक देखे कि सारे के मार के गिराया हुआ था, कोने खून करिया हुआ था। मौके तक पुलिस को फोन किया, एक घंटे बाद पुलिस ने आया, कोई मेरे साथ नहीं था, हम चारों पूरा फैमिली ही थे, सारे फैमिली के मार के सुला दिया, कृपान लेके आया सीखा। हम लोगों के हाथ में कुछ नहीं सीखा पाजी। हाँ जी भाई, वह पूरा इतों भाजी उंगल वड्या गया, जो कृपान ना फड़ता तो लेडीज का मम्मी का सिर वड्या जाना सी, अज ओदे करके थोड़ा बचाव हो गया भाजी। एक नंबर पैंदा है, एक घंटा लेट आया भाजी, किन्ने बारी मैं उन्होंने फोन किया, फोन कट देंगे कि यह तो नहीं ज्यादा पता भाजी, पर मैं फोन करता रहा, फोन कर देंगे, आते पे आ रास्ते च, रास्ते च कही आते। सलून पुलिस वाले ने पहले तत्काल किया, पुलिस वाले आए पाजी, बोलते हैं कि सिविल अस्पताल जाओ, हम लोग कुछ नहीं कर सकते अभी फिलहाल, लेके जाओ सिविल अस्पताल, वहाँ जाके रिपोर्ट उपोर्ट लिखाओ, नाले दवाई दवाई कराओ, तो वहाँ ही जो होगा से होगा, वहाँ कुछ नहीं किए पाजी लोग, कोई बयान भी नहीं लिया ना कुछ नहीं लिया। फिर एम्बुलेंस हम लोग पर असी उन्होंने क्या बुलाने वास्ते, पर वो बुलाए नहीं, वो सो गए थे, तो कहते अं इन्हों मतलब बुला नहीं सकते हैं, सवेरे देखा जो होगा। मौके तो नहीं आई भाजी, एक घंटा पूरा लेट आया। उन्होंने यही कहा कि साढ़े तो हूँ कुछ नहीं हो सकता, तुम सिविल अस्पताल जाओ, बाकी सवेर देखा। मेरा नाम शिवा है जी, अपना बी आर एस नल काम करते हैं जी, अपना जोत चौक गए से जी, हैंड टूल कंपनी जो चाबी लैन गए, तो उतों चाबी चुबी चक के तो अपना बल्ला शिव बाड़ी जगह के कोल सामने प्लान बनता पाया, उत्थे छड के आए, तो घर आए हैं जी, अपने घर चले ही रोटी रोटी खान लगे हैं। अपना शौक भी आ रहा है जी, बैरका मिल प्लान तो पिछले बैक साइड गली नंबर 1 है जी, गुप्ते दुकान सामने है, तो
ਆਪਾਂ ਘਰੇ ਆਉਣ ਲੱਗੇ ਤਾਂ ਆਪਾਂ ਘਰੇ ਗਏ ਰੋਟੀ ਰੋਟੀ ਗਰਮ ਕਰਨ ਲੱਗੇ ਹਾਂ ਜਿੱਦਾਂ ਸਬਜ਼ੀ ਸੁਬਜ਼ੀ ਅਤੇ ਇਹ ਦੋਨੇ ਭਰਾ ਦਾਰੂ ਪੀ ਕੇ ਆਏ ਆ ਇਹ ਇੱਕ ਦਾ ਨਾਮ ਸਾਬੀ ਆ ਅਤੇ ਇੱਕ ਦਾ ਨਾਮ ਰਾਜੂ ਆ ਜੀ ਅਤੇ ਦੋਨੇ ਭਰਾ ਦਾਰੂ ਪੀ ਕੇ ਆਏ ਆ ਅਤੇ ਮੈਨੂੰ ਕਹਿੰਦਾ ਜੀ ਇੱਦਾਂ ਉੱਦਾਂ ਗੱਲ ਆ ਜੀ ਤੂੰ ਇੱਥੇ ਖੜ੍ਹਾ ਰਹਿ ਅਤੇ ਮੈਂ ਕਿਹਾ ਮੈਂ ਕਾਹਤੋਂ ਖੜ੍ਹਾ ਕਰਾਉਣਾ ਜੀ ਅਤੇ ਮੈਂ ਆਪਣਾ ਘਰ ਚੱਲ ਗਿਆ ਅਤੇ ਮੈਂ ਕੁੰਡੀ ਕੁੰਡੀ ਲਾਇਆ ਅਤੇ ਉਸ ਤੋਂ ਬਾਅਦ ਉਹ ਆਂਢ ਗੁਆਂਢ ਰਹਿੰਦੇ ਆ ਮੁਹੱਲੇ 'ਚ ਉਹਨਾਂ ਦਾ ਕੋਈ ਰਿਸ਼ਤ ਕਿਸ਼ਤ ਕੁਸ਼ਤ ਲੈਣਾ ਹੋਣਾ ਜੀ ਉਹਨਾਂ ਦਾ ਐਕਟਿਵਾ 'ਚ ਆਇਆ ਤੋ ਉਹਨਾਂ ਨੂੰ ਗਾਲਾ ਕੱਢਣ ਲੱਗਾ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਗਾਲਾ ਗੁਲਾ ਕੱਢ ਕੇ ਤਾਂ ਉਹ ਵਿਚਾਰਾ ਚੱਲ ਗਿਆ ਆਪਣਾ ਕਿਸ਼ਤ ਵੀ ਨਹੀਂ ਲਿਆ ਅਤੇ ਉਹ ਸਾਡੇ ਉਸ ਤੋਂ ਬਾਅਦ ਉਹਨਾਂ ਨੇ ਸਾਡਾ ਕੁੰਡਾ ਖੜਕਾਇਆ ਅਤੇ ਕੁੰਡਾ ਖੜਕਾਇਆ ਅਤੇ ਇੱਕ ਭਰਾ ਲੜਨ ਲਈ ਆ ਗਿਆ ਅਤੇ ਦੂਜਾ ਭਰਾ ਜਦੋਂ ਲੜਨ ਲਈ ਆਇਆ ਅਤੇ ਦੂਜਾ ਭਰਾ ਲੜਨ ਲਈ ਆਇਆ ਤਾਂ ਪਹਿਲਾਂ ਮੰਮੀ ਨੇ ਉਹਨਾਂ ਨੇ ਦਾਤ ਮਾਰਿਆ ਅਤੇ ਦਾਤ ਮਾਰਿਆ ਮੈਂ ਮੰਮੀ ਨੂੰ ਪਹਿਲੇ ਇੱਧਰ ਨੂੰ ਖਿੱਚ ਲਿਆ ਅਤੇ ਦੂਜੀ ਤਾਂ ਜਦੋਂ ਭਾਬੀ ਦੇ ਸਿਰ 'ਚ ਮਾਰਨ ਲੱਗਾ ਤਾਂ ਮੈਂ ਜਦੋਂ ਸਿਰ ਇੱਧਰ ਨੂੰ ਕੀਤਾ ਤਾਂ ਮੇਰਾ ਹੱਥ ਵਿੱਚ ਤਾਂ ਚੱਲ ਗਿਆ ਅਤੇ ਮੇਰਾ ਅੰਗੂਠਾ ਵੱਢਿਆ ਗਿਆ ਇਸ ਕਰਕੇ ਕਿ ਆਪਣਾ ਵੈਰ ਦੋ ਜਣੇ ਨੇ ਹਮਲਾ ਕੀਤਾ ਆ ਇਹ ਸਾਬੀ ਅਤੇ ਰਾਜੂ ਹੈਗੇ ਆ ਇਹ ਬੜੇ ਦਿਨ ਤੋਂ ਕਹਿ ਰਹੇ ਆ ਕਿ ਕਹਿੰਦਾ ਤੁਹਾਡੇ ਕੋਲ ਵੈਰ ਲੈਣਾ ਆ ਅਤੇ ਬਾਕੀ ਆਪਣੇ ਮੈਂ ਘਰ ਪਿੱਛੇ ਨੂੰ ਬਾਕੀ ਬਸ ਸਾਰਾ ਬਾਊ ਨੂੰ ਕੀਤਾ ਆ ਅਤੇ ਬਾਊ ਜੀ ਕਹਿੰਦੇ ਆ ਜੀ ਆਪਣਾ ਕਹਿੰਦਾ ਕੋਈ ਨਹੀਂ ਤੂੰ ਆਪਣਾ ਸਿਵਲ 'ਤੇ ਜਾ ਪਰਚਾ ਪੁਰਚਾ ਕਰਾ ਇਹ ਮੇਰੇ ਸਰ ਜੀ ਤਿੰਨ ਜਣੇ ਜ਼ਖਮੀ ਹੋਏ ਆ ਅਤੇ ਮੇਰੀ ਮੰਮੀ ਅਤੇ ਮੈਂ ਅਤੇ ਮੇਰੀ ਭਾਬੀ ਇਹ ਤਿੰਨ ਜਣੇ ਜ਼ਖਮੀ ਹੋਏ ਆ ਇਹ ਤੋਂ ਪਹਿਲਾਂ ਤਾਂ ਮੇਰੇ ਭਾਬੀ ਦੇ ਡੰਡਾ ਮਾਰਿਆ ਇਹਨਾਂ ਨੇ ਅਤੇ ਡੰਡਾ ਡੁੰਡਾ ਮਾਰਿਆ ਪਹਿਲਾਂ ਥੱਪੜ ਮਾਰਿਆ ਇਹਨਾਂ ਨੇ ਥੱਪੜ ਥੱਪੜ ਮਾਰ ਕੇ ਅਤੇ ਲੜਨ ਲੱਗਾ ਅਤੇ ਦੂਜਾ ਭਰਾ ਇਹਨਾਂ ਨੇ ਦਾਂਤ ਚੱਕਿਆ ਉਹਨਾਂ ਨੇ ਲਿਆ ਕੇ ਕੁੱਟਣ ਲੱਗਿਆ ਜਦੋਂ ਮੈਂ ਛੁਡਾਉਣ ਲੱਗਾ ਅਤੇ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਹੀ ਕੰਮ ਜਦੋਂ ਮੈਂ ਛੁਡਾਉਣ ਗਿਆ ਉਸ ਤੋਂ ਬਾਅਦ ਇੱਧਰ ਨੂੰ ਇਹਨਾਂ ਨੇ ਖਿੱਚਿਆ ਤਾਂ ਦੂਜੀ ਹੱਥ 'ਤੇ ਮੇਰਾ ਦਾਂਤ ਮਾਰਤਾ ਉਹਨਾਂ ਦੇ ਸਿਰ 'ਚ ਮਾਰਨ ਲੱਗਾ ਸੀ ਭਾਬੀ ਦੇ ਅਤੇ ਮੈਂ ਇੱਧਰ ਨੂੰ ਜਦੋਂ ਖਿੱਚਿਆ ਤਾਂ ਮੇਰਾ ਅੰਗੂਠਾ ਸਿੱਧਾ ਠਾਂ ਵੱਜ ਗਿਆ ਮੈਂ ਅੰਗੂਠਾ ਨਹੀਂ ਦੇਖਿਆ ਕਿ ਸਰ ਜੀ ਮੇਰਾ ਅੰਗੂਠਾ ਗਿਆ ਚਾਹੇ ਕੁਛ ਵੀ ਆ ਪੁਲਿਸ ਨੂੰ ਸਰ ਜੀ ਸਲਾਹ ਕੀਤੀ ਆ ਸਰ ਜੀ ਪੁਲਿਸ ਵੀ ਮੇਰੇ ਸਾਡੇ ਮੁਹੱਲੇ 'ਚ ਸ਼ੋਕ ਵਿਹਾਰ 'ਚ ਵਿੱਚ ਇੱਕ ਘੰਟੇ ਦੇ ਵਿੱਚ ਪੂਰੀ ਬਾਤ ਆਈ ਹੈ ਮਾਤਾ ਜੀ ਕੀ ਨਾਮ ਆ ਤੁਹਾਡਾ ਕਿੱਥੇ ਕਰਕੇ ਝਗੜਾ ਹੋਇਆ ਤੁਹਾਡਾ ਅਸ਼ੋਕ ਵਿਹਾਰ ਝਗੜਾ ਕਿਹਨਾਂ ਦੇ ਨਾਲ ਹੋਇਆ ਰਾਜੂ ਨਾਲ ਸਾਬੀ ਨਾਲ ਕਿਹੜੀ ਗੱਲੋਂ ਹੋਇਆ ਝਗੜਾ ਇਹ ਬਜਰੀ ਦੀ ਗੱਲ ਬਜਰੀ ਮੈਂ ਬੋਲਿਆ ਸੀ ਹਟਾ ਲਓ ਹਟਾਇਆ ਨਹੀਂ ਅਤੇ ਮੈਂ ਮਜ਼ਾਕ 'ਤੇ ਬੋਲਿਆ ਤੈਨੂੰ ਕੁੱਟਣਾ ਬਹੁਤ ਤੋਂ ਨਾ ਮੈਨੂੰ ਸਾੜੇ ਨੂੰ ਵੱਢ ਸਕਿਆ ਹੈ ਕਿਸ ਚੀਜ਼ ਨਾਲ ਹਮਲਾ ਕੀਤਾ ਉਹਨਾਂ ਨੇ ਤੁਹਾਡਾ ਉਹਨੇ ਦਾਂਤੇ ਨਾਲ ਭਾਜੀ ਕਿੰਨੇ ਜਣਾਂ ਨੇ ਹਮਲਾ ਕੀਤਾ ਤੁਹਾਡੇ ਤੇ ਦੋਨੋਂ ਭਰਾ ਸੀ ਕੀ ਨਾਮ ਆ ਉਹਨਾਂ ਦਾ ਰਾਜੂ ਤੇ ਸਾਬੀ ਇਹ ਲਗਾ ਕੇ ਤੀਜੀ ਚਾਂਸ ਹੈਗੀ ਹੈ ਭਾਜੀ ਪਹਿਲੇ ਵੀ ਝਗੜਾ ਹੋ ਚੁੱਕਾ ਪਹਿਲੇ ਰਾਜੀਨਾਮਾ ਤੁਹਾਡਾ ਕਿੰਨਾ ਨਾ ਕਰਾਇਆ ਸੀ ਉਹ ਪੁਲਿਸ ਵਾਲਾ ਆਇਆ ਕਿ ਸਮਝੌਤ ਕਰਾ ਦਿਆ ਸੀ ਕਿ ਬਸ ਹੋ ਗਏ ਉਹਦਾ ਪਹਿਲੇ ਮਾਤਾ ਸੀ ਕਹਿੰਦਾ ਮਾਤਾ ਮਰ ਗਈ ਆ ਕਿਸੇ ਨਾਲ ਬਾਕਸਤਾ ਨਹੀਂ ਆ ਭਾਜੀ ਹੁਣ ਤੁਸੀਂ ਪੁਲਿਸ ਨੂੰ ਤਲਾਹ ਕਰ ਦਿੱਤੀ ਆ ਪੁਲਿਸ ਨੇ ਬੁਲਾਇਆ ਬਾਕੀ ਕੀ ਕਹਿੰਦੇ ਪੁਲਿਸ ਨੇ ਹੁਣ ਤੁਸੀਂ ਕਿਹੋ ਜਿਹਾ ਇਨਸਾਫ ਚਾਹੁੰਦੇ ਮੈਂ ਇਨਸਾਫ ਜਿੱਦਾਂ ਮੇਰਾ ਬੱਚੇ ਦੇ ਅੰਗਲੀ ਗੇਟ ਵੜਿਆ ਜਿੱਦਾਂ ਮੈਨੂੰ ਵੜਿਆ ਹੋਣਾ ਉਹਨਾਂ ਦੇ ਵੀ ਹੋਣਾ ਚਾਹੀਦਾ ਕਿੰਨੇ ਜਣੇ ਜ਼ਖਮੀ ਹੋਏ ਤੁਹਾਡੇ ਘਰ ਚੋਂ ਚਾਰ ਆਦਮੀ ਜ਼ਖਮੀ ਹੋ ਗਏ ਨੇ ਕੌਣ ਕੌਣ ਦੋ ਮੁੰਡਾ ਸੱਸ ਬਹੂ ਕਿੱਥੇ ਤੇ ਰਹਿਣ ਵਾਲੇ ਬਸਤੀ ਬਾਬਾ ਤੋਂ ਚੱਲੇ ਕੀ ਹੋਇਆ ਸੀ ਭਾਜੀ ਪੰਜ ਛੇ ਮੁੰਡੇ ਸੀ ਬਾਹਰ ਬਹਿ ਕੇ ਮੁਹੱਲੇ ਦੇ ਵਿੱਚ ਸ਼ਰਾਬ ਪੀਂਦੇ ਸੀ ਅਤੇ ਮੈਂ ਬਾਥਰੂਮ ਕਰਨ ਨਿਕਲਿਆ ਬਾਹਰ ਮੈਨੂੰ ਕਹਿੰਦੇ ਵੀ ਇਹਨਾਂ ਨੇ ਮੈਨੂੰ ਗਾਲ ਕੱਢੀ ਮੇਰੇ ਡੈਡੀ ਨੂੰ ਗਾਲ ਕੱਢੀ ਮੈਂ ਕਿਹਾ ਵੀ ਰਾਤ ਦਾ ਟਾਈਮ ਆ ਵੀ ਤੁਸੀਂ ਆਪਣੇ ਘਰ ਜਾਓ ਤੁਸੀਂ ਕਿਉਂ ਉੱਥੇ ਬੋਲਦੇ ਪਏ ਇਹਨਾਂ ਨੇ ਮੈਨੂੰ ਗਾਲਾਂ ਵਾਲਾ ਕੱਢੀਆਂ ਸਾਡੇ ਘਰ ਬੋਤਲਾਂ ਮਾਰੀਆਂ ਸ਼ਰਾਬ ਦੀਆਂ ਜੀ ਕਿੱਥੇ ਕਰਕੇ ਝਗੜਾ ਹੋਇਆ ਤੁਹਾਡਾ ਸਾਡੇ ਘਰ ਦੇ ਬਾਹਰ ਹੀ ਹੋਇਆ ਬੱਸੀ ਬਾਬਾ ਖੇਡ ਮੇਨ ਬਾਬਾ ਖੇਡ ਕੀ ਨਾਮ ਆ ਜਿਹਨਾਂ ਵੱਲੋਂ ਹਮਲਾ ਕੀਤਾ ਗਿਆ ਇੱਕ ਦਾ ਨਾਮ ਮੋਲੀ ਹੈ ਜੀ ਇੱਕ ਨਾਲ ਸੁਨੀਲ ਲੜਾਈ ਦਾ ਕਾਰਨ ਕੀ ਆ ਲੜਾਈ ਦਾ ਕਾਰਨ ਕੁਛ ਨਹੀਂ ਹੂੜ ਮੱਤ ਕਰਦੇ ਪਏ ਸ਼ਰਾਬ ਪੀ ਕੇ ਰਾਤ ਨੂੰ 2 ਵਜੇ ਅਸੀਂ ਕੋਈ ਗੱਲਬਾਤ ਨਹੀਂ ਕੀਤੀ ਇਹਨਾਂ ਨੇ ਜਾਣ ਕੇ ਗਾਲਾਂ ਕੱਢੀਆਂ ਸਾਨੂੰ ਜਾਣ ਕੇ ਹੀ ਮਤਲਬ ਲੜਾਈ ਲਈ ਇਹਨਾਂ ਨੇ ਕਿੰਨੇ ਵਜੇ ਝਗੜਾ ਹੋਇਆ ਤੁਹਾਡਾ 2 ਵਜੇ 2 ਵਜੇ 2 ਵਜੇ 1-2 ਵਜੇ ਦੇ ਕਰੀਬ ਹੋਇਆ ਅਤੇ ਪੁਲਿਸ ਨੂੰ ਤਲਾਹ ਕੀਤੀ ਤੁਹਾਡੇ ਵੱਲੋਂ ਹਾਂਜੀ ਕੀਤੀ ਕਿਤੇ ਕਿਤੇ ਸੱਟਾਂ ਲੱਗੀਆਂ ਮੈਂ ਤਾਂ ਮੇਰੀ ਮੰਮੀ ਨੂੰ ਇਹਨਾਂ ਨੇ ਘੜੀਸਿਆ ਜੀ ਮੰਮੀ ਮੇਰੇ ਛਡਾਉਣ ਗਈ ਉਹਨਾਂ ਨੂੰ ਘੜੀਸਿਆ ਮੇਰੇ ਸਿਰ 'ਚ ਇਹਨਾਂ ਨੇ ਇੱਟਾਂ ਮਾਰੀਆਂ ਜੀ ਅਤੇ ਉਹਨਾਂ ਦੇ ਨਾਲ ਕਿੰਨੇ ਜਣੇ ਸੀਗੇ ਹੋਰ ਉਹ 2 ਭਰਾ ਹੀ ਸੀਗੇ ਜੀ ਬਾਕੀ ਛਡਾਉਣ ਦੇ ਹੀ ਸੀਗੇ ਕੋਈ ਸੀਸੀਟੀਵੀ ਕੈਮਰਾ ਲੱਗਾ ਤੁਹਾਡੇ ਮੁੱਲੇ ਨਹੀਂ ਜੀ ਸੀਸੀਟੀਵੀ ਕੈਮਰਾ ਬਸ ਸ਼ਰਾਬ ਪੀ ਕੇ ਲੜ ਪਏ ਤੁਹਾਡੇ ਹਾਂਜੀ ਘਰੇ ਸਾਡੇ ਬੋਤਲਾਂ ਤੋੜ ਪੈਣ ਸਾਡਾ ਦਰਵਾਜ਼ਾ ਤੋੜਿਆ ਲੋਕ ਲੱਗਾ ਹੋਇਆ ਦਰਵਾਜ਼ਾ ਨੇ ਤੋੜਿਆ ਘਰੇ ਬੋਤਲਾਂ ਮਾਰੀਆਂ ਨੇ ਸ਼ਰਾਬ ਦੀਆਂ
ਮੌਕੇ ਤੇ ਪੁਲਿਸ ਆਈ ਸੀ ਮੌਕੇ ਤੇ ਪੁਲਿਸ ਨਹੀਂ ਆਈ ਕਿੰਨੀ ਜਣੀ ਸੀ ਆਂਟੀ ਕੀ ਨਾਮ ਹੈ ਤੁਹਾਡਾ ਵੀਨਾ ਕਿੱਥੇ ਰਹਿੰਦੇ ਹੋ ਤੁਸੀਂ ਬਸਤੀ ਬਾਵਾ ਖੇਲ ਕੀ ਗੱਲ ਹੋਈ ਅੱਜ ਕੁਛ ਨਹੀਂ ਜੀ ਇਹ ਰੋਜ਼ ਹੀ ਸ਼ਰਾਬਾ ਪੀ ਕੇ ਸਾਨੂੰ ਤੰਗ ਕਰਦੇ ਪਰੇਸ਼ਾਨ ਕਰਦੇ ਮੱਲੇ ਵਾਲਾ ਕੋਈ ਬੋਲਦਾ ਹੀ ਨਹੀਂਗਾ ਰੋਜ਼ ਗਾਲਾਂ ਵਾਲਾ ਕੱਢਦੇ ਕੀ ਨਾਮ ਹੈ ਉਹਨਾਂ ਦਾ ਮੋਲੀ ਹੈ ਤੇ ਇੱਕ ਸੁਨੀਲ ਆ ਕੱਚਾ ਨਾਮ ਉਹਦਾ ਮੋਲੀ ਉਹਦਾ ਅਨਮੋਲ ਕਹਿੰਦੇ ਆ ਉਹਨੂੰ ਤੇ ਲੜਾਈ ਦਾ ਕਾਰਨ ਕੀ ਹੋਇਆ ਲੜਾਈ ਦਾ ਕਾਰਨ ਕੁਛ ਨਹੀਂ ਮੇਰਾ ਬੇਟਾ ਬਾਥਰੂਮ ਗਿਆ ਆ ਬਾਹਰ ਸਾਡਾ ਬਾਥਰੂਮ ਆ ਕਹਿੰਦੇ ਕਦੀ ਕੁੰਡੀ ਲਾਉਣਾ ਕਦੀ ਖੋਲਦਾ ਹੁਣ ਜਾਗਦਾ ਹੋਵੇ ਬੰਦਾ ਤੇ ਕੀ ਕਰੇ ਪੌਣੇ 2 ਵਜੇ ਦੀ ਗੱਲ ਆ ਇਹ 12 ਵਜੇ ਦੇ ਸ਼ੁਰੂ ਹੋਏ ਆ ਤੇ ਪੌਣੇ 2 ਵਜੇ ਹੀ ਉਹ ਆਣ ਕੇ ਸ਼ਰਾਬ ਪੀ ਕੇ ਲੜੇ ਹਾਂ ਲੱਤਾਂ ਮਾਰੀਆਂ ਸਾਡੇ ਗੇਟ ਵਿੱਚ ਇਹ ਤਾਂ ਫੇ ਬੋਲਿਆ ਵੀ ਤੁਸੀਂ ਲੱਤਾਂ ਕਾਹ ਤੋਂ ਮਾਰੀਆਂ ਸਾਡਾ ਗੇਟ ਕਾਹ ਤੋਂ ਖੋਲਿਆ ਤੁਸੀਂ ਇਹ ਲੱਤਾਂ ਮਾਰ ਕੇ ਗੇਟ ਖੋਲਿਆ ਇਹਨਾਂ ਨੇ ਤੇ ਕਿਸ ਚੀਜ਼ ਨਾਲ ਹਮਲਾ ਕੀਤਾ ਉਹਨਾਂ ਨੇ ਬੋਤਲਾਂ ਮਾਰੀਆਂ ਸ਼ਰਾਬ ਦੀਆਂ ਬੋਤਲਾਂ ਪਈਆਂ ਸੀਗੀਆਂ ਸ਼ਰਾਬ ਦੀਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਪੁਲਿਸ ਦੇ ਹਾਲਾਤ ਕੀ ਨੇ ਪੂਰੇ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਜੇ ਪਰਿਵਾਰਿਕ ਮੈਂਬਰ ਵੱਲੋਂ ਫੋਨ ਕਰਕੇ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਸਾਡੇ ਪੂਰੇ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹੈ ਤੇ ਪੁਲਿਸ ਦਾ ਕਹਿਣਾ ਸੀਗਾ ਕਿ ਅਸੀਂ ਹੁਣ ਇਸ ਸਮੇਂ ਕੁਛ ਨਹੀਂ ਕਰ ਸਕਦੇ ਕਿ ਤੁਸੀਂ ਇਸ ਟਾਈਮ ਸਿਵਲ ਹਸਪੀਟਲ ਜਾਓ ਆਪਣਾ ਇਲਾਜ ਕਰਾਓ ਉਹਦੇ ਬਾਅਦ ਤੁਸੀਂ ਸਵੇਰੇ ਸਾਡੇ ਕੋਲ ਆਇਓ ਕਿ ਪੁਲਿਸ ਨੂੰ ਤਨਖਾਹ ਕਿਸ ਚੀਜ਼ ਦੀ ਦਿੱਤੀ ਜਾਂਦੀ ਹੈ ਇੱਕ ਸਵਾਲ ਇਹ ਵੀ ਹੈ ਕਿ ਜਦੋਂ ਦਾ ਲੁਧਿਆਣੇ ਦੇ ਵਿੱਚ ਬੰਬ ਬਲਾਸਟ ਹੋਇਆ ਹੈ ਪੂਰੇ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸ਼ਹਿਰ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਵੀ ਥਾਣਾ ਪ੍ਰਭਾਰੀ ਨੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਚੌਕਸੀ ਵਰਤ ਕੇ ਕੋਈ ਵੀ ਅਣਸੁਖਾਵੀ ਘਟਨਾ ਨਾ ਹੋਵੇ ਗੁੰਡਾਗਰਦੀ ਦੇ ਉੱਤੇ ਨੱਥ ਪਾਈ ਜਾਵੇ ਨਸ਼ੇ ਦੇ ਉੱਤੇ ਨਕੇਲ ਪਾਈ ਜਾਵੇ ਪਰ ਇਹ ਪੰਜਾਬ ਪੁਲਿਸ ਨੂੰ ਕੀ ਹੋ ਚੁੱਕਾ ਹੈ ਕਿ ਉਹ ਸਿਰਫ ਤਨਖਾਹਾਂ ਹੀ ਚੱਕਣਾ ਜਾਣਦੀ ਹੈ ਤੇ ਸਿਰਫ ਜੇ ਕਿਸੇ ਦੇ ਉੱਤੇ ਹਮਲਾ ਹੋ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸਿਵਲ ਹਸਪੀਟਲ ਦੇ ਵਿੱਚ ਇਲਾਜ ਜਾ ਕੇ ਕਰਵਾਓ ਅੱਧੀ ਰਾਤ ਨੂੰ ਇਸ ਸਮੇਂ ਜੋ ਸਮਾਂ ਹੋ ਚੁੱਕਾ ਹੈ 1:36 ਦਾ ਸਮਾਂ ਹੋ ਚੁੱਕਾ ਹੈ ਰਾਤ ਨੂੰ ਉਹਨਾਂ ਦੇ ਉੱਤੇ ਹਮਲਾ ਹੁੰਦਾ ਹੈ ਤੇ ਪੁਲਿਸ ਮੌਕੇ ਦੇ ਉੱਤੇ ਨਹੀਂ ਪਹੁੰਚਦੀ ਅਸੀਂ ਤੁਹਾਨੂੰ ਸ਼ਹਿਰ ਦੇ ਸਾਰੇ ਨਾਕੇ ਦਿਖਾਏ ਆ ਕਿਸੇ ਵੀ ਨਾਕੇ ਦੇ ਉੱਤੇ ਕੋਈ ਵੀ ਪੁਲਿਸ ਕਰਮੀ ਮੌਜੂਦ ਨਹੀਂ ਸੀਗਾ ਸਿਵਾਏ ਡਿਵੀਜ਼ਨ ਨੰਬਰ 6 ਦੇ ਮੁਲਾਜ਼ਮਾਂ ਦੇ ਤੇ ਭਾਰਗੋ ਕੈਂਪ ਦੇ ਮੁਲਾਜ਼ਮਾਂ ਦੇ ਇਲਾਵਾ ਹੋਰ ਕੋਈ ਵੀ ਮੌਕੇ ਦੇ ਉੱਤੇ ਤੈਨਾਤ ਨਹੀਂ ਸੀਗਾ ਸਾਰੀ ਜਲੰਧਰ ਦੀ ਪੁਲਿਸ ਫੋਰਸ ਸੁੱਤੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਰਾਤ ਦਾ ਸਮਾਂ ਹੈ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਹੁੰਦੇ ਆ ਲੋਕ ਆਪਣੀ ਜ਼ਿੰਮੇਵਾਰੀ ਖੁਦ ਆਪ ਲੈਣ ਜਲੰਧਰ ਪੁਲਿਸ ਦੀ ਕੋਈ ਵੀ ਸਿਰਦਰਦੀ ਨਹੀਂ ਹੈ ਨਾ ਹੀ ਉਹ ਸ਼ਹਿਰ ਵਾਸੀਆਂ ਦੀ ਸੁਰੱਖਿਆ ਕਰ ਸਕਦੀ ਹੈ ਰਾਤਾਂ ਨੂੰ ਚੋਰੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ ਹਮਲੇ ਹੁੰਦੇ ਨੇ ਪੂਰੇ ਪਰਿਵਾਰ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਸੋ ਜਲੰਧਰ ਪੁਲਿਸ ਨਾਕਾਮ ਰਹੀ ਹੈ ਚੋਰਾਂ ਨੂੰ ਵੀ ਫੜਨ ਤੇ ਹਮਲਾਵਰਾਂ ਨੂੰ ਵੀ ਫੜਨ ਤੇ ਸਮਗਲਰਾਂ ਨੂੰ ਵੀ ਫੜਨ ਦੇ ਉੱਤੇ ਜਲੰਧਰ ਤੋਂ ਕੈਮਰਾਮੈਨ ਸ਼ੁਭਮ ਗਿੱਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ ਸੰਤਾਨ ਪ੍ਰਾਪਤੀ ਕਾਰੋਬਾਰ ਵਿੱਚ ਘਾਟਾ ਵਿਦੇਸ਼ ਯਾਤਰਾ ਵਿੱਚ ਦੇਰੀ ਪਤੀ ਪਤਨੀ ਵਿੱਚ ਕਲੇਸ਼ ਪੜ੍ਹਾਈ ਵਿੱਚ ਮਨ ਨਾ ਲੱਗਣਾ ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ ਇੱਕ ਵਾਰ ਫੋਨ ਜ਼ਰੂਰ ਕਰੋ ਤੁਹਾਡਾ ਇੱਕ ਫੋਨ ਬਦਲ ਸਕਦਾ ਤੁਹਾਡੀ ਜ਼ਿੰਦਗੀ ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰਨ ਹੁਣ ਸੁਪਨੇ ਦੇਖਣਾ ਛੱਡੋ ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ ਫੋਨ ਨੰਬਰ 9876800768